ਹਾਂਜੀ, ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ ਯੂਟਿਊਬ ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਵਿੱਚ। ਅੱਜ ਅਸੀਂ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਨ ਜਾ ਰਹੇ ਹਾਂ ਜੀ ਮਾਸਟਰ ਕੇਡਰ ਦੀਆਂ ਅਸਾਮੀਆਂ ਬਾਰੇ, ਜੋ ਕਾਫੀ ਦਿਨ ਪਹਿਲਾਂ ਹੈ ਜੋ ਨੋਟੀਫਿਕੇਸ਼ਨ ਆਇਆ ਸੀ ਜਿਹਦੇ ਵਿੱਚ ਅਲੱਗ ਅਲੱਗ ਇਹ ਜੋ ਵੈਕੈਂਸੀਆਂ ਦੱਸੀਆਂ ਹੋਈਆਂ ਸੀ। ਤਾਂ ਇਹ ਅਪਡੇਟ ਹੈ ਜੀ ਪਲੱਸ ਟੂ ਦੇ ਆਧਾਰ 'ਤੇ ਪੋਸਟਾਂ ਵਧਾਉਣ ਸੰਬੰਧੀ, ਜੋ ਅੱਜ ਦੀ ਤਾਜ਼ਾ ਜਾਣਕਾਰੀ ਹੈ, ਲੇਟੈਸਟ ਅਪਡੇਟ ਹੈ, ਉਹ ਵੀ ਤੁਹਾਨੂੰ ਜਾਣਕਾਰੀ ਸੀ ਦਿਖਾ ਦਿੰਦੇ ਕੀ ਆ ਉਹ ਨੋਟੀਫਿਕੇਸ਼ਨ। ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਤਾਂ ਜੋ ਇਸੇ ਤਰ੍ਹਾਂ ਤੁਹਾਨੂੰ ਹੈ ਜੋ ਵੈਕੈਂਸੀ ਸੰਬੰਧੀ ਅਪਡੇਟ ਹੈ ਮਿਲਦੀ ਰਹੇ। ਤਾਂ ਚਲੋ ਤੁਹਾਨੂੰ ਦਿਖਾ ਦਿੰਦੇ ਹਾਂ ਉਹ ਨੋਟੀਫਿਕੇਸ਼ਨ। ਤਾਂ ਇਹ ਹੈ ਜੀ ਉਹ ਨੋਟੀਫਿਕੇਸ਼ਨ, ਅੱਜ ਬੇਰੁਜ਼ਗਾਰ ETD ਟੈਟ ਪਾਸ ਅਧਿਆਪਕ ਯੂਨੀਅਨ ਦਾ ਇੱਕ ਵਫਦ ਹੈ ਜੋ ਗੁਰਪ੍ਰੀਤ ਗੁਰਾਇਆ ਦੀ ਪ੍ਰਧਾਨਗੀ ਵਿੱਚ ਚੰਡੀਗੜ੍ਹ DPI ਨੂੰ ਮਿਲੇ, ਜਿਸ ਵਿੱਚ ਨਵੀਂ ਭਰਤੀ ਸੰਬੰਧੀ ਲਗਭਗ ਇੱਕ ਘੰਟਾ ਗੱਲਬਾਤ ਚੱਲੀ, ਜਿਸ ਵਿੱਚ ਪਲੱਸ ਟੂ ਆਧਾਰ ਉਪ ਪੋਸਟਾਂ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਵਿੱਚ ਹੈ ਜੋ 500 ਪੋਸਟਾਂ ਤੋਂ ਵਧਾ ਕੇ ਜੋ ਇਹਨਾਂ ਨੇ ਪਹਿਲਾਂ ਜੋ ETD ਦੀਆਂ ਪੋਸਟਾਂ ਸੀ ਉਹ 500 ਹੈ ਜੋ ਅਨਾਊਂਸ ਕੀਤੀਆਂ ਸੀ, ਉਹ 14,000 ਹੈ ਜੋ ਪੋਸਟਾਂ ਭਰਨ ਸੰਬੰਧੀ ਗੱਲਬਾਤ ਕੀਤੀ ਗਈ। ਮੀਟਿੰਗ ਤੋਂ ਬਾਅਦ ਸ੍ਰੀ ਅੰਬ ਸਾਹਿਬ ਵਿਖੇ ਅੱਗੇ ਦੇ ਪ੍ਰੋਗਰਾਮ ਬਾਰੇ ਵਿਚਾਰ ਵਟਾਂਦਰਾ ਜੋ ਕੀਤਾ ਗਿਆ ਅਤੇ ਅਗਲੀ ਕਾਰਵਾਈ ਸੰਬੰਧੀ ਪ੍ਰੋਗਰਾਮ ਉਲੀਕਿਆ ਗਿਆ। ਇਸ ਸਮੇਂ ਨਵਦੀਪ ਸੰਗਰੂਰ, ਦੀਪ ਅਮਨ ਮਾਨਸਾ, ਰਾਜ ਸੁਖਵਿੰਦਰ ਗੁਰਦਾਸਪੁਰ, ਨਿਰਮਲ ਜੀਰਾ, ਅਸ਼ੋਕ ਹਸ਼ਿਆਰਪੁਰ, ਜਤਿੰਦਰ ਮੋਗਾ, ਬਲਕਾਰ ਸਿੰਘ ਫਿਰੋਜ਼ਪੁਰ, ਜਸਵਿੰਦਰ ਸਿੰਘ, ਗੁਰਵਿੰਦਰ ਸਿੰਘ, ਨਾਇਬ ਸਿੰਘ ਪਟਿਆਲਾ, ਅੰਮ੍ਰਿਤਪਾਲ ਸਿੰਘ, ਬੱਗਾ ਖਡਾਲ ਮਾਨਸਾ, ਵਿਪਨ ਮੁਕੇਰੀਆਂ, ਜੈਫੀ ਮਾਨਸਾ, ਸ਼ੁਭਮ ਤਰਨ ਤਾਰਨ, ਪਰਵਿੰਦਰ ਸੰਗਰੂਰ ਅਤੇ ਆਮਨਦੀਪ ਸੱਗੂ ਮੌਜੂਦ ਸੀਗੇ। ਤਾਂ ਹੋ ਸਕਦਾ ਜੀ ਆਉਣ ਵਾਲੇ ਦਿਨਾਂ ਵਿੱਚ ਇਹ 500 ਪੋਸਟਾਂ ਤੋਂ ਵਧਾ ਕੇ 14,000 ਪੋਸਟਾਂ ਜੋ ਕਰ ਦਿੱਤੀਆਂ ਹਨ ETT ਦੀਆਂ ਪਲੱਸ ਟੂ ਦੇ ਆਧਾਰ 'ਤੇ। ਸੋ ਅਗਲਾ ਇਹਨਾਂ ਦਾ ਨੋਟੀਫਿਕੇਸ਼ਨ, ਅਗਲੀ ਨਵੀਂ ਅਪਡੇਟ ਕੀ ਆਉਂਦੀ ਹੈ ਉਹ ਵੀ ਤੁਹਾਡੇ ਨਾਲ ਜ਼ਰੂਰ ਅਸੀਂ ਸ਼ੇਅਰ ਕਰਾਂਗੇ। ਬਸ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਤਾਂ ਜੋ ਹਰ ਤੱਕ ਇਹ ਨੋਟੀਫਿਕੇਸ਼ਨ ਪਹੁੰਚ ਸਕੇ। ਇਸ ਤੋਂ ਇਲਾਵਾ ਅਸੀਂ ਮਾਸਟਰ ਕੇਡਰ ਦੀਆਂ ਜੋ ਵੀਡੀਓ ਪ੍ਰੋਵਾਈਡ ਕਰ ਰਹੇ ਹਾਂ, ਸੋਸ਼ਲ ਸਟੱਡੀ ਅਤੇ ਹਿਸਟਰੀ, ਉਹ ਵੀ ਪਾਠ ਸਾਡੇ ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ। ਧੰਨਵਾਦ ਜੀ।